ਯਾਰ ਯਾਰ ਸਫਾਰੀ ਨੂੰ ਕੀ ਤੁਸੀਂ ਮੈਂ ਇਹ ਕਮੈਂਟ ਦਿਖਾਓ ਕਿ ਇਸ ਨਿਸ਼ਾ ਹੀ ਹੁੰਦਾ ਪੈਸਾ ਜੇ ਮਾਲ ਤੇ ਬੁੱਢੇ ਚ ਫਰਕ ਹੁੰਦਾ ਨਾ ਤਾਂ ਇਹਨੇ ਯਾਰ ਫਰਕ ਹੁੰਦਾ ਹਰ ਸ਼ਾਇਦ ਵਿੱਚ ਠੀਕ ਹੈ ਤੁਹਾਨੂੰ ਇਹ ਕਿਸੇ ਦਾ ਰੂਹ ਹੋਵੇ ਤਾਂ ਆ ਜਾਵੇ 24 ਘੰਟੇ ਅਸਾਂ ਇਸਨੂੰ ਆਪਣੇ ਕੋਲ ਰੱਖਦੇ ਹਾਂ ਬੰਨ ਦੇਵਾਂਗੇ ਬੰਨ ਅਸਾਂ ਇੱਥੇ ਬਾਹਣਾ ਮੈਂ ਉਹਨਾਂ ਧਿੱਕਾ ਮਾਰਿਆ ਮੈਂ ਇਹ ਧਿੱਕਾ ਛਿੱਕਾ ਮਾਰਿਆ ਵਾਤੀ ਨੇ ਜਮਾ ਥੋੜ੍ਹੀ ਜਿਹੀ ਹੱਥ ਪਾਈ ਤਈ ਗੱਲ ਹਾਲੇ ਆਪਣੀ ਮੈਂ ਨਹੀਂ ਉਸ ਤਰ੍ਹਾਂ ਚਾਰ ਸੱਟ ਗਿਆ ਅਤੇ ਜਿਹੜੇ ਮੇਰੇ ਨਾਲ ਲੈਣ ਜਿਹੜੇ ਦਿੱਕੇ ਦਿੱਤੇ ਉਹਨੂੰ ਉਹਨਾਂ ਨੂੰ ਫਿਰ ਚਾਰ ਸੱਟ ਗਿਆ ਉਸ ਅਸਲਾਮ ਅਲੈਕੁਮ ਤਾਂ ਕਿਵੇਂ ਯਾਰ ਤੁਸੀਂ ਉਮੀਦ ਕਰੀ ਨਾ ਤੁਸੀਂ ਠੀਕ ਹੋ ਮੈਂ ਤੁਹਾਡੇ ਪਿਆਰੇ ਜੋ ਚੈਨਲ ਲਿਆ ਤੁਸੀਂ ਯੂਟਿਊਬ ਚੈਨਲ ਹਨ ਅੱਜ ਤਾਜ਼ਾ ਤਰੀਨ ਵਲੌਗ ਕਰੀ ਅੱਲਾ ਦੇ ਫਜ਼ਲ ਕਰਮ ਦੇ ਨਾਲ ਸ਼ੁਰੂ ਅੱਜ ਦੇ ਵਲੌਗ ਬਹੁਤ ਮਜ਼ੇਦਾਰ ਹੋਣ ਵਾਲਾ ਕਿਉਂਕਿ ਅੱਜ ਅਸਾਂ ਆਪਣੀ ਇੱਕ ਦੁੱਖਦਾਰ ਵਾਲੀ ਕਹਾਣੀ ਸੁਣਾਉਣ ਵਾਲੇ ਲੇਕਿਨ ਚਲੋ ਖੈਰ ਉਸ ਤੋਂ ਪਿੱਛੇ ਦੁੱਖਦਾਰ ਦੇ ਪਿੱਛੇ ਕਰੋ ਪਹਿਲੇ ਅਸਾਂ ਨਵੀਂ ਨਵੀਂ ਤਾਜ਼ੀ ਤਾਜ਼ੀ ਅਪਡੇਟ ਅਬੇ ਜਲਦੀ ਬੋਲ ਕੱਲ੍ਹ ਸਵੇਰੇ ਪਨਵੇਲ ਨਿਕਲਣਾ ਸੁਣਾਉਣਾ ਥਾ ਤਾਂ ਅਸਾਂ ਅੱਜ ਇਹ ਪਈ ਕਈ ਦੇਖ ਲਿਆ ਅਸਾਂ ਇਸ ਕਾ ਅੱਛਾ ਹਮਕੋ ਸਿਖਾ ਰਿਹਾ ਹੈ ਅਸਾਂ ਚੁੱਪ ਕਰਕੇ ਚਾਹੁੰਦੇ ਹਾਂ ਅਤੇ ਐਨ ਕਰਕੇ ਇੱਥੇ ਰੱਖਣੀ ਹੈ ਚਾਹ ਹੁਣ ਵਲੌਗ ਬਣਾਉ ਜੇ ਜੇ ਕੰਮ ਸਿਰਫ ਅਸਾਂ ਤੁਰਨਾ ਤਾਂ ਅੱਜ ਅਸਾਂ ਮੈਂ ਕਿਤੇ ਮੈਂ ਭਾਣ ਤਾਂ ਮੈਂ ਪਿਆ ਭਾਣ ਤਾਂ ਕਿਵੇਂ ਪਿਆ ਹੈ ਹਾਂ ਭਾਣ ਤਾਂ ਇਸ ਕਾਰਨ ਮੈਂ ਪਿਆ ਕਿਉਂਕਿ ਉੱਥੇ ਸ਼ਫੈਦੇ ਲਾਉਣੇ ਸ਼ਫੈਦੇ ਥਾਂ ਲਾਉਣੀ ਦੇਖਿਆ ਸੁਣ ਤਾਂ ਕਿਵੇਂ ਲੱਗਦੇ ਹਨ ਅਤੇ ਕੇ ਸਿਸਟਮ ਹੀ ਤਕਰੀਬਨ ਜਿਹੜੇ ਮੇਰੇ ਬੰਦੇ ਮੈਂ ਦੇਖਦੇ ਹਾਂ ਉਸ ਉਹਨਾਂ ਨੂੰ ਪਤਾ ਸੀ ਸ਼ਫੈਦੇ ਕਿਵੇਂ ਲੱਗਦੇ ਹਨ ਅਤੇ ਸ਼ਫੈਦੇ ਕਿਵੇਂ ਸੁਣਾ ਦੇਣ ਤਾਂ ਜਿਹਨੇ ਨਹੀਂ ਪਤਾ ਸ਼ਫੈਦਾ ਇੱਕ ਦਰਖਤ ਜਿਹੜਾ ਇੱਕ ਸਾਹਮਣੇ ਥੱਲਾ ਅਤੇ ਬਸ ਕੀ ਉਹੀ ਸ਼ਫੈਦਾ ਬਸ ਵੀ ਆਏ ਸੀ ਮੈਂ ਹੁਣ ਕਈ ਅਪਡੇਟ ਨਾ ਦੇ ਸਕਦਾ ਤਾਂ ਦੇਖ ਸਕਦੇ ਤੁਸੀਂ ਰਸਤਾ ਸੁਨਸਾਨ ਹੈ ਸਾਰੇ ਜਿਹੜੇ ਜਿਹੜਾ ਹੈ ਨਾ ਸ਼ਹਿਰ 'ਚ ਆਉਣ ਇਤਨੇ ਬੰਦੇ ਅਹਿਸਾਸ ਨਹੀਂ ਕਰੀਂਦੇ ਕਿ ਚਲੋ ਯਾਰ ਅੱਜ ਤੁਰਦਾ ਮੈਂਦਾ ਪਿਆ ਤੁਸੀਂ ਨਾਲ ਚੜਾਈ ਖਾਣਾ ਮੈਂ ਤਾਂ ਜਦ ਨਹੀਂ ਮਨ ਤੋਂ ਕੋਈ ਬੰਦਾ ਮਿਲੇ ਤਾਂ ਮੈਂ ਚੜਾ ਗਿਆ ਲੇਕਿਨ ਅੱਜ ਮੇਰਾ ਕਈ ਅਹਿਸਾਸ ਨਹੀਂ ਕੀਤਾ ਮੇਰੇ ਨਾਲ ਉਡਾ ਮੋਟਰਸਾਈਕਲ ਟੱਪਣ ਲੱਗਣ ਇੱਕ ਗਾ ਨਹੀਂ ਚੜਾਇਆ ਚਲੋ ਖੈਰ ਉਹ ਡਰ ਕੋਈ ਡਰ ਇਹ ਹੁੰਦਾ ਰਹਿੰਦਾ ਚਲੋ ਖੈਰ ਤਾਂ ਹੁਣ ਸੀਰੀਅਸ ਆਉਂਦੇ ਹਾਂ ਮੈਂ ਇਹਦੇ ਨਾਲ ਅੱਜ ਬਹੁਤ 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 ਜ਼ਿਆਦਾ ਹੋਈ ਅਤੇ ਬਸ ਹੁਣ ਮੈਂ ਤੁਹਾਨੂੰ ਦੱਸਿਆ ਤੁਹਾਨੂੰ ਤੁਸੀਂ ਹਾਂਜੀ ਥਾਰੀ ਅੱਖੀ ਜੁੜਿਆ ਬਸ ਚਲੋ ਖੈਰ ਦਫਾ ਪਹਿਲੇ ਅੱਛੀ ਗੱਲ ਤਾਂ ਹੁਣ ਮੈਂ ਅਸਾਂ ਬਾਹਰ ਅੱਜ ਤੁਹਾਨੂੰ ਚਿੱਤਰਾਂ ਦੇ ਦੇਖਿਆ ਸੂ ਕੋਈ ਮਾਹੌਲ ਸ਼ੌਲ ਥੋੜ੍ਹਾ ਜਿਹਾ ਬਣਾਉਣ ਵਾਲਿਆਂ ਅਤੇ ਬਾਕੀ ਹਿਸਾਬ ਕਿਤਾਬ ਵੀ ਤੁਹਾਨੂੰ ਸਾਰਾ ਦੇਖਿਆ ਸੂ ਅਤੇ ਜਹਾਂ ਤੁਹਾਡੇ ਸਾਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਰੇ ਚੈਨਲ ਸਬਸਕ੍ਰਾਈਬ ਕਰ ਗਏ ਨੇ ਹੁਣ ਕਰੀਨੇ ਅੱਲਾ ਦੇ ਫਜ਼ਲ ਕਰਮ ਦੇ ਨਾਲ ਵਲੌਗ ਸ਼ੁਰੂ ਮੈਂ ਤਾਂ ਇੱਕ ਸੋਹਣੀ ਦੀ ਪਿਆਰੀ ਜੀ ਗੱਲ ਯਾਦ ਆ ਗਈ ਗੱਲ ਕਿਹੜੀ ਯਾਦ ਆ ਗਈ ਇਹ ਤਾਂ ਇੱਕ ਤਾਂ ਮੈਂ ਇਹ ਵਾਲੀ ਜਿਹੜੀ ਸਫਾਰੀ ਹੁੰਦੀ ਹੈ ਤੁਸੀਂ ਮੈਂ ਇਹ ਕਮੈਂਟ ਦਿਖਾਓ ਕਿ ਇਸ ਨਿਸ਼ਾ ਹੀ ਹੁੰਦਾ ਕਿਆ ਬੋਲਿਆ ਤੂੰ ਮੈਂ ਅੱਜ ਪਤਾ ਲੱਗਾ ਕਸਮ ਮੈਂ ਨਹੀਂ ਪਤਾ ਬਸ ਪਤਾ ਹੀ ਕੋਈ ਯਾਰ ਤੂੰ ਯਕੀਨ ਕਰੋ ਚਲੋ ਯਕੀਨ ਤਾਂ ਤੁਹਾਨੂੰ ਹੁਣ ਆ ਗਿਆ ਉਸ ਲੇਕਿਨ ਇਹ ਨਾ ਮੈਂ ਘਰ ਵਾਲੇ ਆਖਿਆ ਕਰ ਤਾਂ ਇਹ ਖਾਧੀ ਬਤੀ ਤਾਂ ਨਹੀਂ ਆਉਣਾ ਅਧੂਰਾ ਹੀ ਨਾ ਆਉਣਾ ਬਸ ਬਹਿਰ ਆਉਣਾ ਅੰਦਰ ਘਰ ਦੇ ਐਂਟਰੀ ਨਹੀਂ ਐਂਟਰੀ ਕਾ ਇਹ ਨਹੀਂ ਖਾਣੀ ਇਸ ਤੋਂ ਇਲਾਵਾ ਹਰ ਜਗ੍ਹਾ ਇਹ ਨਹੀਂ ਖਾਣੀ ਤਾਂ ਇਸ ਕਿਹੜਾ ਨਸ਼ਾ ਹੁੰਦਾ ਦੇਖ ਸਕਦੇ ਹੋ ਕਿ ਤੂੰ ਤੈਨੂੰ ਤੁਹਾਨੂੰ ਮੈਂ ਲਿਖਾ ਚੋੜਾ ਇਹ ਕਿਹੜਾ ਨਸ਼ਾ ਹੁੰਦਾ ਜਿਹੜੇ ਮੇਰੇ ਘਰ ਵਾਲਿਆਂ ਨੂੰ ਪਤਾ ਲੱਗ ਗਿਆ ਇਸ 'ਚ ਨਸ਼ਾ ਹੁੰਦਾ ਮੈਂ ਸੁਣਦੀ ਪਹਿਲੀ ਦਫਾ ਪਿਆ ਬਈ ਇਸ 'ਚ ਨਸ਼ਾ ਹੁੰਦਾ ਤਾਂ ਫਿਲਹਾਲ ਤਾਂ ਅਸਾਂ ਚੋਰੀ ਚੋਰੀ ਖਾਂਦੇ ਹਾਂ ਬੈਰ ਵੰਜਣ ਲੱਗਾ ਨਾ ਮੈਂ ਆਖੇ ਚਲੋ ਗਿੰਨਾ ਚਾਹ ਖਾਧੀ ਵੈਸਾ ਇਹ ਕਿਉਂਕਿ ਮੇਰੇ ਘਰ ਦੇ ਬੈਗ ਕੋਈ ਨਹੀਂ ਮੈਂ ਲੈ ਲਵਾ ਦੇਖਣੀ ਚਾਹੀਦੀ ਕਹਾਣੀ ਸ਼ਾਮ ਬੱਚੇ ਆ ਨਾ ਤੇਰੀ ਜਾਣ ਜ਼ਰੂਰ ਦੱਸਿਆ ਕਿ ਨਿਸ਼ਾ ਕਿਹੜਾ ਹੁੰਦਾ ਹੁਣ ਫਿਰ ਤੁਹਾਨੂੰ ਮਿਲਦੇ ਹਾਂ ਵੈਸੇ ਆਪਣੇ ਗਏ ਆਪਣੇ 12th 12th ਪੜ੍ਹਾਇਆ ਹਾਂ ਤਾਂ ਪੜ੍ਹਾਇਆ ਤਾਂ ਤੁਹਾਨੂੰ ਆਪਣਾ ਪਹਿਲੇ ਰਕਬਾ ਦਿਖਾਓ ਤਾਂ ਇਹ ਸਾਰਾ ਸਾਰਾ ਰਕਬਾ ਪਿਆ ਇਹ ਨਹੀਂ ਜਾਣੀ ਕਿ ਇਹ ਵਾਲੇ ਪਲਾਟੀਨ ਜਿਹੜੇ ਪੁਰਸ਼ ਫਾਇਦੇ ਨਹੀਂ ਲੱਗੇ ਥੱਲੇ ਤਾਂ ਉਹ ਤੁਹਾਨੂੰ ਬਾਅਦ ਲਿਖਿਆ ਤੁਸੀਂ ਕਿਉਂਕਿ ਅਸਾਂ ਪਹਿਲੇ ਅਸਾਂ ਕੰਮ ਇਸ ਬਾਇਆ ਪਲਾਟਾਂ ਦੇ ਬਾਅਦ ਜਮਾਉਣਾ ਠੀਕ ਹੈ ਨਾ ਤਾਂ ਤੁਹਾਨੂੰ ਕੰਮ ਦੱਸਿਆ ਤਾਂ ਬੜਾ ਆਸਾਨ ਨਹੀਂ ਬੜਾ ਮੁਸ਼ਕਿਲ ਕੰਮ ਹੈ ਬਹੁਤ ਜ਼ਿਆਦਾ ਮੁਸ਼ਕਿਲ ਕੰਮ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਢੋਹਾ ਮਾਰਿਆ ਪਿਆ ਇਸ 'ਚ ਹੋਣਾ ਚਾਹੀਦਾ ਇਸ ਫਾਇਦਾ ਇਸ 'ਚ ਕੋਈ ਨਹੀਂ ਲੇਕਿਨ ਇਸ 'ਚ ਥੱਲੇ ਤਾਂ ਇਹ ਮਸਲਾ ਇੰਨੇ ਕਿ ਜਿਹੜਾ ਯਾਨੀ ਕਿ ਬੂਟਾ ਸੜ ਪੈਂਦਾ ਨਾ ਖਤਮ ਹੋ ਪੈਂਦਾ ਤਾਂ ਉਹ ਉਸਨੂੰ ਯਾਨੀ ਕਿ ਵਲਾ ਲਾਉਣਾ ਪਾਉਂਦਾ ਨਵੇਂ ਸਿਰੂ ਖਤਮ ਹੋ ਗਿਆ ਨਾਵਣਾ ਚੇਂਜ ਕਰਨਾ ਤਾਂ ਉਹ ਚੇਂਜ ਕਰਨ ਵਾਸਤੇ ਪਹਿਲੇ ਯਾਨੀ ਕਿ ਜਾਤ ਨੂੰ ਪੜ੍ਹਨੀ ਪਾਉਂਦੀ ਹੈ ਸਹੀ ਕਰਕੇ ਖੱਡਾ ਬਣਾਉਣਾ ਪਾਉਂਦਾ ਕਿਉਂਕਿ ਪਾਣੀ ਵਿੱਚ ਲਾਵਣਾ ਹੁੰਦਾ ਉਸ ਬੂਟੇ ਨੇ ਜਿਹੜਾ ਥੱਲੇ ਹੁੰਦਾ ਉਸਨੂੰ ਜ਼ਿਆਦਾ ਨਸ਼ਨੁਮਾ ਹੁੰਦੀ ਹੈ ਅਤੇ ਜਿਹੜੇ ਯਾਨੀ ਕਿ ਆਪਣਾ ਪਹਿਲੇ ਲੱਗੇ ਖਲੋਂਦੇ ਹਨ ਉਹਨਾਂ ਨੂੰ ਹੁਣ ਯਾਨੀ ਕਿ ਜਿਹੜਾ ਹੋਣ ਲੱਗ ਸੀ ਅਤੇ ਜਿਹੜਾ ਪਹਿਲੇ ਅੱਗੇ ਜੜ ਜਮਾਈ ਖਲਾ ਉਸ 'ਚ ਫਰਕ ਤਾਂ ਹੋਣਾ ਨਹੀਂ ਜਿਵੇਂ ਸੱਜੇ ਬਾਲ ਅਤੇ ਬੁੱਢੜੇ 'ਚ ਫਰਕ ਹੁੰਦਾ ਨਾ ਤਾਂ ਇਵੇਂ ਯਾਰ ਫਰਕ ਹੁੰਦਾ ਹਰ ਸ਼ਾਇਦ ਵਿੱਚ ਠੀਕ ਹੈ ਤੁਹਾਨੂੰ ਸਹੀ ਪਕੜੇ ਹੈ ਮੋਟੀ ਮੋਟੀ ਮਿਸਾਲ ਦਿੱਤੀ ਮੈਂ ਸਾਣਾ ਤਾਂ ਕੋਨਾ ਲੱਗੇ ਹੁਣ ਬਣਿਆ ਵਾ ਤਾਂ ਵੱਧ ਅਸਾਂ ਇਹਨਾਂ ਸ਼ਫੈਦਿਆਂ ਦਾ ਕਰੀਂ ਦੇਖੀ ਇਹ ਤੁਸੀਂ ਦੇਖ ਸਕਦੇ ਇਹ ਮੈਰਿਜ ਫਾਇਦੇ ਨੇ
कितना ऊंचा है, मैं घाटी था गया उतर इतने हैं इतना ऊंचा। चलो थान मजाक छोड़ो, तो इन यार बड़े कार के असन बेचने उन्हें बेच के असन लभदे पैसे पैसे जैसे लभे ने बाद असन अपड़ मैंने ते खराया छराया दखो उन्हें ते रसे आज वही ना खराया थे आज दिन हां सफेद दिन वजू रह गमन घर वाले आके सफेद ला तू कुत्ते री तवार कर दिया करी ना साडिया सफेद ला मैं मजबूरन क्योंकि चस्का मैच आया उन्हें आके करने नहीं आता सामने मैं आके बदला जाना मैं नहीं नहीं आप ला समय काटे पे नहीं हार से गई हूँ घर वाले मुंजन मान कई चाख दफा मन बह ला मन के बूटे साला ये दुख का खत्म नहीं होता बे। चलो खैर पैसे तो हमारे पास आने ना मेहनत कर था मेहनत फल लग सी मेहनत तो बगैर का शह भी कान लपनी होती था नहीं तो पता है तो मैं नहीं पता है था हूँ असा ये सारा काम करना है असा लाने कितनी जाते हैं वो धन्य खाऊ इतों शुरू कर रहे हैं ऊपर मार आने ना था इतों शुरू कर रहे हैं ये आला तोड़ ताई ये बात ये बन खेलना ये तोड़ ताई वो थे ताई बात वो परला जरा दिसी दबे बात वो थे ताई बात ये थे ताई तो जाने का मतलब ये वेख सारे बनते सा फिर ना तो कम उ सारा तो टाइम ही असर कम सारा तो आने ब्लॉग बना बना के टाइम दाय करके दबा मैंने तो अज तो बाद काम करके ना पहली बार असा सारा अपना कम मुका दिता है थी बहने घर चखा घर क्यों चखा थी बहने चलो घर छोड़ चखा थी जो बहने को किसी का रू हो तो आ जाए चौबी घंटे असू अपने को रख दे भन देंगे भन मजाक कर चाहे इसलिए ना बहुले का वजह तुटा ना ये देखो तुम जा रही ये मैं आखिर चलो इधर अगू थोड़ी जा रगड़ के ना बदमाश टाइप थे बदमाश बना है ना कि बंदा देखिए ठंडा चाहिए बंदा समझे करो तो हूँ थन जी स्टोरी मैं सुनानी वो शुरू करा जो वीडियो थी थी लंबी वीडियो थन लंबी थी अबे जल्दी बोल कल सुबह पनवेल निकल वीडियो दे दी कहना था वो छोटी वीडियो बनाओ जी देखो तो सही तो गल बनी अज सजरे लेना चौथे त्रीजे पीरियड अस बैठे सारे दो ग्रुप साइंस ग्रुप एक आर्ट्स ग्रुप यानी कि दो ग्रुप न स्कूल आर्ट साइंस से दसवीं क्लास की यानी कि दसवीं क्लास दो ग्रुप अस बैठे से डेस्क तो आर्ट्स वाले आए ना तो उस छोर बच्चे बदा ही नहीं यानी कि चबल जा तो वो आने ना उस आख्या मैं इतने बवना मैं आख्या मैं उस टाइम सारे उठी के बहर इन फिरते टुरते जमें क्लास खत्म थी तो फिर टुरन लग पे मैं तो इन यार असा फिरते टुरते बदया वो फिरते टुरने मैं बैठा मैं आखिर यार इतने बहुत नदी छाए तो वो यानी कि आंध पैन होने बस इन थोड़े हाल इतने नहीं बहुत तो उन्हें मैंने आख्या भाई नहीं असा इतने बहुना मैं उन्होंने धिक्का मारे मैं धिक्का शिक्का मारे बाती है जो थोड़ी जी हाथ पाई तीन गल हाले अपनी कान आई उस्ताद आगे चुप करके बह रहे एक शैतान का बच्चा भैन अगू बैठा ही उस ना उस्ताद ना लेता भाई ये फिर दे उस्ताद अगे कावड़े पता ही भाई ये चौबी घंटे बोलते रहने ते शैतान है पिंगे पिंगे वो ना उस्ताद आके बस ते चाहो घर दफा असा परेशान भाई हूँ के करा असा तकरीबन मिलता अद्धा घंटा पहले उस्ताद नहीं करीद रहे उस्ताद छोड़े बाद उस्ताद आके नहीं इंचार्ज को तो समझो अपने ना खारिज कराओ तो घर दफा उन्हें अस इंचार्ज को गए मैं नहीं उस तरह चार सट गया तो जे मेरे ना लैन जे दिखे दिखे उन्होंने चार सट गया उसी आके घर दफा उन्हें असा बात थानू पता असा डेट बनने असा उस पीरियड च गया कौन दूजे पीरियड ना यानी कि उस तुतला जो पीरियड है वही लाया अगर लग गया तो आखिरी पीरियड हूँ उस उस्ताद का जेड़े असान भजाया उस आखे वो बैठे तो नहीं कि मैं भजाया ही तो एक जड़ा आई ना जो असल मेन भिड़ा ना लाई वो त्रीजा शुद्ध इं फस गया कसूर कौन आई इं फस गया तो वो मैं मल गया तो फ्री टाइम यानी कि लग गया घर तो असा मैं तो वो जो वध्या से उसू सर असा पहले तो गल सारी खाने सुन खलोते रहे असा पूरा अद्धा घंटा खलोते रहे अद्धे घंटे बाद उस आखे ना एक सारी क्लास का बहुत अच्छा स्टूडेंट इतना अच्छा आजाद से चाहे बॉम्बे आते जी उस आख्या भाई उस्ताद जी इस दफा माफ करो चाहे बात इंशाल्लाह ना करे मैं आख्या उस्ताद जी मेहरबानी थैंक उस्ताद जी बात मैं उस्ताद जी तो छोरी
इस हिसाब समस्या उस्ताद मनाया तो यानी कि बड़ी बेस्ती थी बहुत बेस्ती थी इतनी बेस्ती थी कि एक उस्ताद को जाद नहीं मारियां ठीक है बेस्ती समझी तो बिस्कुट वो सारे ऐसे बिस्कुट ही लेकिन हाय हाय इतना सुकून उस्ताद ही तुम यानी कि बहुत गलत की ना तो हाँ इतने हूँ तो भूल गई लेकिन उस टाइम महसूस थी चलो खैर जामा छुट्टा तो यह सारे ना बहुत बड़ा आसान है पेश आया हूँ अस के करा मजबूरी है इंसान को सारा कुछ करनी है आसानी मजबूरी स्कूल खेल में दी ये आली नहीं तो ये करूँ साला ये दुख का ख़त्म नहीं होता बे पाने तो स्कूल ही पाने आज की दिहाड़ी तकरीबन मेहनत कितनी है त्रै थप्पा ना चार थप्पा दो बार इतू बल्ची वाल यानी इतू बच्ची इतू करके ना इन करके उस्ताद वाल बटी देन ते तकरीबन सोटियां अज खोल लगी हाँ सोटियां अज खोल लगी ये सारा रोजाना था ट्रीटमेंट ये तो सर ट्रीटमेंट असा ना कहना इतवार लिया इतवार लिया तो नींद नहीं नींद क्योंकि सारा ट्रीटमेंट होता ना तो हूँ पहले मैंने सीधे घर तो सरा देख सकते हो तो बस ये गल है मेन गल उम्मीद काफ़ी अज का ब्लॉग असर चंगा लगे अगर सर अज का ब्लॉग चंगा लगे तो सारे चैनल सब्सक्राइब कर छोड़ो ठीक है सब्सक्राइब करना जरूर हर हालत लाजमी चढ़ बजना सर सब्सक्राइब वाले बटन पर तो अज का ब्लॉग तक नहीं पता यानी क्योंकि ब्लॉग लंबा थी वे ना तो तुसा देखे पौने देखो नहीं ना तो मज़ा नहीं बनता तो ब्लॉग तक नहीं आया था इन मदार ब्लॉग देखना सारे चैनल कर सब्सक्राइब तो हम मिलते हैं अगले ब्लॉग तब तक।